ਸੁਣਿਆ ਵਿੱਚ ਕੈਨੇਡਾ ਖਰਚੇ ਵਾਲੇ ਨੇ, ਆਉਣ ਤੋਂ ਪਹਿਲਾਂ ਜਾਣ ਲਈ ਡਾਲਰ ਕਾਲੇ ਨੇ, ਨੋਟ ਕਿਤੇ ਵੀ ਹੋਣ ਇਕੱਲੇ ਡਾਲਰ ਨਹੀਂ, ਭਾਵੇਂ ਇੰਡੀਆ ਦਾ ਰੁਪਈਆ ਹੋਵੇ, ਇਹ ਆਉਣ ਤੋਂ ਪਹਿਲਾਂ ਕਾਲੇ ਹੁੰਦੇ ਆ। ਪਰ ਇੱਕ ਗੱਲ ਦੀ ਜਿਹੜੀ ਮੈਨੂੰ ਖੁਸ਼ੀ ਹੈ ਕਿ ਜੇ 176 ਮੁਲਕਾਂ ਦੇ ਵਿੱਚੋਂ ਦੁਨੀਆ ਦੇ 150 ਦੇ ਵਿੱਚ ਪੰਜਾਬੀ ਵੱਸਦੇ ਆ ਤਾਂ ਉੱਥੇ ਪੰਜਾਬੀ ਜ਼ੁਬਾਨ ਵੀ ਵੱਸਦੀ ਆ, ਪੰਜਾਬੀ ਭਾਸ਼ਾ ਵੀ ਵੱਸਦੀ ਆ। ਮਰਨ ਨਹੀਂ ਦਿੱਤਾ ਪੰਜਾਬੀਆਂ ਨੇ, ਮੈਨੂੰ ਖੁਸ਼ੀ ਜਿਹੜੀ ਗੱਲ ਦੀ, ਇਸ ਗੱਲ 'ਤੇ ਤਾੜੀਆਂ ਤੁਹਾਡੇ ਆਪਣੇ ਨਾਂ 'ਤੇ ਆ। ਪੰਜਾਬੀ ਦੇ ਵਿੱਚ ਜਿਹੜੀ ਸਭ ਤੋਂ ਖੂਬਸੂਰਤੀ ਵਾਲੀ ਗੱਲ ਮੈਂ ਮਹਿਸੂਸ ਕੀਤੀ ਹੈ ਕਿ ਸਾਡੀ ਜ਼ੁਬਾਨ ਦੇ ਵਿੱਚ ਮਿਠਾਸ ਵੀ ਆ, ਹਾਵ ਭਾਵ ਵੀ ਆ। ਅਸੀਂ ਜੇ ਗੱਲ ਕਰਦੇ ਹਾਂ, ਅੰਦਰੋਂ ਕਰਦੇ ਹਾਂ, ਸਾਡੇ ਚਿਹਰੇ ਤੋਂ ਬੰਦਾ ਪੜ੍ਹ ਲੈਂਦਾ। ਮੈਂ ਕਈ ਵਾਰੀ ਸੁੱਖੀ ਨਿੱਜਰ ਹੋਰਾਂ ਨੂੰ, ਇਕਬਾਲ ਮਾਰ ਹੋਰਾਂ ਨੂੰ ਚੀਨੀਆਂ ਨਾਲ ਗੱਲਾਂ ਕਰਦਾ ਦੇਖਿਆ। ਮੈਂ ਇਹਨਾਂ ਨੂੰ ਪੁੱਛਦਾ ਵੀ ਇਹ ਤਾਂ ਆਪਣੀ ਭਾਸ਼ਾ ਹੀ ਨਹੀਂ ਜਾਣਦੇ, ਇਹ ਕਹਿੰਦੇ ਸਾਡੀ ਗੱਲ ਸਮਝ ਜਾਂਦੇ। ਮੈਂ ਇੱਕ ਵਾਰੀ ਨਾਈਜੀਰੀਆ ਦੇ ਵਿੱਚ ਗਿਆ, ਉੱਥੇ ਪੰਜਾਬੀ ਕੋਈ ਨਹੀਂ। ਮੈਂ ਉਦੋਂ MSc ਕਰਦਾ ਸੀ ਗਰੇਵਾਲ ਸਾਹਿਬ, ਇੰਟਰਨੈਸ਼ਨਲ ਯੂਥ ਕਾਨਫਰੰਸ ਸੀ ਅਤੇ 52 ਕੰਟਰੀਜ਼ ਤੋਂ ਉੱਥੇ 52 ਯੂਥ ਪਹੁੰਚੇ ਸੀ, 26 ਕੁੜੀਆਂ 26 ਮੁੰਡੇ। ਨਾਈਜੀਰੀਆ ਦੇ ਵਿੱਚ ਜਿਹੜੇ ਹੋਸਟਲ ਹੈ ਉਹ ਕੁੜੀਆਂ ਮੁੰਡਿਆਂ ਦੇ ਇਕੱਠੇ ਆ, ਇੱਕ ਲਾਈਨ ਦੇ ਵਿੱਚ ਕੁੜੀਆਂ ਦੇ ਕਮਰੇ, ਸਾਹਮਣੀ ਲਾਈਨ ਦੇ ਵਿੱਚ ਮੁੰਡਿਆਂ ਦੇ ਕਮਰੇ। ਮੈਂ 10 ਨੰਬਰ ਕਮਰੇ 'ਚ ਰਹਿੰਦਾ ਸੀ। ਮੈਂ ਜਦੋਂ ਪਹਿਲੇ ਦਿਨ ਟਾਈ ਲਾ ਕੇ ਬਾਹਰ ਪੱਗ ਬੰਨ੍ਹ ਕੇ, ਮੈਂ ਇੱਕੋ ਇੱਕ ਉਹਨਾਂ 'ਚੋਂ 5200 ਸੀ ਜਿਹੜਾ ਪੱਗ ਬੰਨ੍ਹਦਾ ਸੀਗਾ, ਪੰਜਾਬੀ ਬੋਲਦਾ ਸੀ। ਮੈਂ ਜਦੋਂ ਬਾਹਰ ਨਿਕਲਿਆ ਤਾਂ 11 ਨੰਬਰ ਕਮਰੇ 'ਚੋਂ ਕੁੜੀ ਨਿਕਲੀ ਬਾਹਰ, ਇੱਕ ਮੈਨੂੰ ਕਹਿੰਦੀ ਟੋਕੋ ਸਾਲੀਓ ਅਲਮਲੀਓ ਲਾਓ। ਮੈਂ ਘਬਰਾ ਗਿਆ ਇੱਕਦਮ, ਵੀ ਪਤਾ ਨਹੀਂ ਕੀ ਪੁੱਛਦੀ ਆ। ਫਿਰ ਮੈਂ ਇੱਕਦਮ ਸੋਚਿਆ ਵੀ ਮੈਨੂੰ ਪਹਿਲੀ ਵਾਰੀ ਮਿਲੀ ਆ ਅਤੇ ਮੈਨੂੰ ਇਹਨੇ ਪੁੱਛਿਆ ਹੋਣਾ ਕਿ ਇੰਟਰੋਡਕਸ਼ਨ ਤੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ ਕਿ ਤੁਹਾਡਾ ਨਾਂ ਕੀ ਹੈ। ਮੈਂ ਅੰਦਾਜ਼ਾ ਹੀ ਲਾ ਲਿਆ, ਮੈਂ ਕਿਹਾ ਜੀ ਨਿਰਮਲ ਸਿੰਘ। ਮੈਂ ਉੱਥੇ ਨਿਰਮਲ ਜੌੜਾ ਨਹੀਂ ਕਿਹਾ, ਮੈਂ ਨਿਰਮਲ ਸਿੰਘ, ਕਿਉਂਕਿ ਤੁਸੀਂ ਜਦੋਂ ਬਾਹਰ ਆਪਦੇ ਕੰਟਰੀ ਤੋਂ ਜਾਂਦੇ ਆ, ਪੱਗ ਮੇਰੇ ਬੰਨੀ ਸੀ। ਮੈਂ ਕਿਹਾ ਜੀ ਨਿਰਮਲ ਸਿੰਘ। ਉਹ ਕੁੜੀ ਦੂਜੇ ਦਿਨ ਮੈਨੂੰ ਫਿਰ ਮਿਲੀ, ਮੈਨੂੰ ਕਹਿੰਦੀ ਟੋਕੋ ਸਾਲੀਓ ਉਲਮਲੀਓ ਲਾਓ। ਮੈਂ ਕਿਹਾ ਨਿਰਮਲ ਸਿੰਘ। ਮੈਂ MSc ਕਰਦਾ ਸੀ, MSc ਕਰਦੇ ਨੂੰ ਕੋਈ ਕੁੜੀ ਦੋ ਵਾਰੀ ਨਾ ਪੁੱਛ ਲਏ, ਇਹ ਉਹ ਬੰਦੇ ਦਾ ਦਿਲ ਪੁੱਛਿਆ ਜਾਂਦਾ। ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ। ਮੈਂ ਤੀਜੇ ਦਿਨ ਉਹ ਮੈਨੂੰ ਮਿਲੀ, ਮੈਨੂੰ ਕਹਿੰਦੀ ਟੋਕੋ ਸਾਲੀਓ ਉਲਮਲੀਓ ਲਾਓ। ਮੈਂ ਕਿਹਾ ਨਿਰਮਲ ਸਿੰਘ। ਮੈਨੂੰ ਚੌਥੇ ਦਿਨ ਮਿਲੀ, ਮੈਨੂੰ ਕਹਿੰਦੀ ਟੋਕੋ ਸਾਲੀਓ ਉਲਮਲੀਓ ਲਾਓ। ਮੈਂ ਕਿਹਾ ਨਿਰਮਲ ਸਿੰਘ। ਜਦੋਂ ਪੰਜਵੇਂ ਦਿਨ ਕੁੜੀ ਮੈਨੂੰ ਆ ਕੇ ਪੁੱਛਦੀ ਆ ਟੋਕੋ ਸਾਲੀਓ ਉਲਮਲੀਓ ਲਾਓ, ਮੈਂ ਉਹਨੂੰ ਕਹਿ ਤਾਂ ਦਿੱਤਾ ਨਿਰਮਲ ਸਿੰਘ, ਪਰ ਮੈਂ ਘਬਰਾ ਗਿਆ ਬਈ ਇਹ ਥੋੜ੍ਹਾ ਵੀ ਪੰਜ ਦਿਨ ਬੰਦਾ ਨਾ ਹੀ ਪੁੱਛਦਾ ਰਹੇ, ਨਾ ਤੋਂ ਅੱਗੇ ਬਹੁਤ ਸਵਾਲ ਹੈ। ਮੈਂ ਕੰਪਿਊਟਰ ਵਾਲੇ ਕਮਰੇ 'ਚ ਗਿਆ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਜਿਹੜੀ 11 ਨੰਬਰ ਕਮਰੇ 'ਚ ਕੁੜੀ ਰਹਿੰਦੀ ਆ ਉਹ ਮੈਨੂੰ ਪੁੱਛਦੀ ਆ ਤੁਕੋ ਸਾਲੀਓ ਉਲਮਲੀਓ ਲਾਓ, ਉਹਦੇ ਅਰਥ ਮੈਨੂੰ ਦੱਸੋ। ਉਹਨੇ ਕੰਪਿਊਟਰ ਨੂੰ ਕਮਾਂਡ ਦਿੱਤੀ, ਮੈਨੂੰ ਕਹਿੰਦਾ ਜੀ ਉਹਦੀ ਭਾਸ਼ਾ 'ਚ ਤੁਹਾਡੀ ਭਾਸ਼ਾ ਦਾ ਅਰਥ ਇਹ ਬਣਦਾ ਕਿ ਤੁਹਾਡਾ ਕੀ ਹਾਲ ਚਾਲ ਹੈ। ਮੈਂ ਘਬਰਾ ਗਿਆ, ਮੈਂ ਕਿਹਾ ਜਿੱਦੇ ਉਹਨੂੰ ਪਤਾ ਲੱਗਿਆ ਵੀ ਇੱਕ ਸਰਦਾਰ ਬੰਦੇ ਨੂੰ ਮੈਂ ਉਹਦਾ ਹਾਲ ਚਾਲ ਪੁੱਛਦੀ ਸੀ, ਉਹ ਮੈਨੂੰ ਆਪਦਾ ਨਾਂ ਦੱਸ ਕੇ ਤੁਰ ਜਾਂਦਾ ਸੀ ਕਿ ਸਰਦਾਰਾਂ ਦੀ ਬੇਇੱਜ਼ਤੀ ਹੋਊਗੀ। ਉਹ 6ਵੇਂ ਦਿਨ ਮੈਨੂੰ ਮਿਲ ਗਈ ਪੌੜੀਆਂ 'ਚ ਹੋਸਟਲ ਦੀਆਂ ਚੜ੍ਹਦੀਆਂ। ਮੈਂ ਉਹਨੂੰ ਦੂਰੋਂ, ਮੈਂ ਕਿਹਾ ਮੈਂ ਤਾਂ ਤੁਕੋ ਸਾਲੀ ਉਹਨੂੰ ਵੀ ਉਹ ਯਾਦ ਕਰ ਹੀ ਲਿਆ, ਮੈਂ ਕਿਹਾ ਇਹਦੀ ਭਾਸ਼ਾ 'ਚ ਇਹਨੂੰ ਇਹਦਾ ਹਾਲ ਚਾਲ ਪੁੱਛ ਲੈਂਦੇ ਹਾਂ, ਆਪੇ ਪਤਾ ਲੱਗ ਜੂ ਕਿਵੇਂ ਹਾਲ ਚਾਲ ਦੱਸਦੀ ਆ। ਮੈਂ ਉਹਨੂੰ ਆਖਿਆ ਤੁਕੋ ਸਾਲੀ ਉਹਨੂੰ ਵੀ ਉਹ ਲਾਓ, ਮੈਨੂੰ ਕਹਿੰਦੀ ਨਿਰਮਲ ਸਿੰਘ। ਮੈਂ ਜਾਣੀ ਉਹਦਾ ਮਤਲਬ ਨਿਰਮਲ ਸਿੰਘ ਦਾ ਅਰਥ ਹੀ ਆ ਵੀ ਠੀਕ ਠਾਕ ਹੈ, ਅਸੀਂ ਬੋਲਦੇ ਜਦੋਂ ਇੱਕ ਦੂਜੇ ਨਾਲ। ਭਾਸ਼ਾ ਦਾ ਬਹੁਤ ਅਸਰ ਹੈ।